ਪਿੰਡ ਕੋਟਾ ਦੇ ਵਿੱਚ ਜੋ ਰੇਡ ਕੀਤਾ ਕੰਡਕਟ ਕੀਤਾ ਗਿਆ ਸੀ ਜਿਹਦੇ ਵਿੱਚ 160 ਕੇਜੀ ਲਾਣ ਇੱਕ ਭੱਠੀ ਨਾਲ ਭੱਠੀ ਦਾ ਸਮਾਨ ਡਰਮ ਗੰਧਾਲਾ ਚੱਪਣੀ ਨਾਲੀ 25 ਬੋਤਲਾਂ ਸ਼ਰਾਬ ਇੱਕ ਪਊਆ ਸ਼ਰਾਬ ਵੱਖਰੀ ਜਿਹੜੇ ਬੰਦੇ ਨੂੰ ਮੌਕੇ 'ਤੇ ਰਾਊਂਡ ਅਪ ਕੀਤਾ ਗਿਆ ਜਿਹਦਾ ਨਾਂ ਹੈਗਾ ਦੇਬੂ ਸਨ ਆਫ ਗੁਰਬਚਨ ਸਿੰਘ ਇੱਕ ਇਸ ਤੋਂ ਇਲਾਵਾ ਇੱਕ ਉਸੇ ਪਿੰਡ ਦੇ ਵਿੱਚ ਫਿਰ ਰੇਡ ਕੰਡਕਟ ਕਰਵਾਇਆ ਗਿਆ ਐਸ ਐਚ ਓ ਸਾਹਿਬ ਜਿਹੜੀ ਪਿੰਡ ਬੂਟਾ ਦੇ ਵਿੱਚ ਜਿਹੜੀ ਥਾਣਾ ਟਤਵਾਲੀ ਵੱਲੋਂ ਵਿਸ਼ੇਸ਼ ਚੈਕਿੰਗ ਦੌਰਾਨ ਜਿਹੜੀ ਚਾਲੂ ਭੱਠੀ ਬਰਾਮਦ ਕੀਤੀ ਜੀ ਕੀ ਇਹ ਸਾਰਾ ਮਾਮਲਾ ਸੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਇਲਾਕੇ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਪਿੰਡ ਬੂਟਾ ਦੇ ਵਿੱਚ ਜੋ ਰੇਡ ਕੀਤਾ ਕੰਡਕਟ ਕੀਤਾ ਗਿਆ ਸੀ ਜੋ ਐਸ ਆਈ ਅਵਤਾਰ ਸਿੰਘ ਦੀ ਟੀਮ 'ਤੇ ਭੇਜਿਆ ਗਿਆ ਸੀ ਜਿਹਦੇ ਵਿੱਚ ਐੱਫ ਆਈ ਆਰ ਨੰਬਰ 200 ਆਪਣਾ 58/21 ਜਿਹੜੀ ਦਰਜ ਕੀਤੀ ਗਈ ਹੈ ਜਿਹਦੇ ਵਿੱਚ 160 ਕੇਜੀ ਲਾਣ ਇੱਕ ਭੱਠੀ ਨਾਲ ਭੱਠੀ ਦਾ ਸਮਾਨ ਡਰਮ ਗੰਧਾਲਾ ਚੱਪਣੀ ਨਾਲੀ 25 ਬੋਤਲਾਂ ਸ਼ਰਾਬ ਇੱਕ ਪਊਆ ਸ਼ਰਾਬ ਵੱਖਰੀ ਜਿਹੜੇ ਬੰਦੇ ਨੂੰ ਮੌਕੇ 'ਤੇ ਰਾਊਂਡ ਅਪ ਕੀਤਾ ਗਿਆ ਜਿਹਦਾ ਨਾਂ ਹੈਗਾ ਦੇਬੂ ਸਨ ਆਫ ਗੁਰਬਚਨ ਸਿੰਘ ਇੱਕ ਇਸ ਤੋਂ ਇਲਾਵਾ ਇੱਕ ਉਸੇ ਪਿੰਡ ਦੇ ਵਿੱਚ ਫਿਰ ਰੇਡ ਕੰਡਕਟ ਕਰਵਾਇਆ ਗਿਆ 269/21 ਐੱਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ 21 ਬੋਤਲਾਂ ਨਜਾਇਜ਼ ਸ਼ਰਾਬ ਰਿਕਵਰ ਕੀਤੀ ਗਈ ਹੈ ਕਿੰਨੇ ਆਰੋਪੀ ਸਰ ਫੜੇ ਗਏ ਦੋ ਜਿਹੜੇ ਹੈਗੇ ਆ ਅਕਿਊਜ਼ ਅਰੈਸਟ ਕੀਤੇ ਆ ਜਿਨ੍ਹਾਂ 'ਤੇ ਐੱਫ ਆਈ ਆਰ ਦਰਜ ਕਰਤੀ ਹੈ ਅਗਲੀ ਤਫਤੀਸ਼ ਚੱਲ ਰਹੀ ਹੈ ਅਤੇ ਸਰ ਕਿੰਨੇ ਸਮੇਂ ਤੋਂ ਜਿਹੜਾ ਇਹ ਨਜਾਇਜ਼ ਚਾਲੂ ਭੱਠੀ ਚਲਾ ਰਹੇ ਦਾਰੂ ਵੇਚਣ ਦਾ ਕੰਮ ਕਰ ਰਹੇ ਕਿੰਨੇ ਸਮੇਂ ਤੋਂ ਚਲਾ ਰਿਹਾ ਸੀ ਇਹ ਹੀ ਅਜੇ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰਾ ਡਿਟੇਲ ਵਾਈਜ਼ ਅਖੰਡੀ ਮਾਲਵੀ ਬਾਬਿਆਂ ਦੇ ਚੱਕਰਾਂ ਵਿੱਚ ਆ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਨਾ ਗਵਾਓ ਇੱਕ ਗੱਲ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਕਾਲੇ ਇਲਮ ਦੇ ਮਾਹਿਰ ਪੰਡਿਤ ਵਿਕਰਾਂਤ ਵਰਮਾ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ ਲਵ ਮੈਰਿਜ ਵਿਆਹ ਚ ਰੁਕਾਵਟ ਪੀ ਆਰ ਸਮੱਸਿਆ ਲਾਟਰੀ ਨੰਬਰ ਪ੍ਰੇਮ ਵਿਵਾਹ ਸੌਤਨ ਤੋਂ ਛੁਟਕਾਰਾ ਵਪਾਰ ਗ੍ਰਹਿ ਕਲੇਸ਼ ਦੁਸ਼ਮਣ ਤੋਂ ਛੁਟਕਾਰਾ ਵਿਆਹ ਚ ਰੁਕਾਵਟ ਵਿਦੇਸ਼ ਜਾਣ ਚ ਰੁਕਾਵਟ ਪਤੀ ਪਤਨੀ ਚ ਅਨਬਨ ਮਨਚਾਹਾ ਪਿਆਰ ਕਾਰੋਬਾਰ ਦਾ ਨਾ ਚੱਲਣਾ ਜਾਦੂ ਪੂਨਾ ਲਵ ਮੈਰਿਜ ਬਿਮਾਰੀ ਚ ਦਵਾ ਦਾ ਨਾ ਲੱਗਣਾ ਆਪਣੀ ਹਰ ਸਮੱਸਿਆ ਦਾ ਸਹੀ ਸਮਾਧਾਨ ਇੱਕ ਘੰਟੇ ਚ ਪਾਉਣ ਲਈ ਸੰਪਰਕ ਕਰੋ ਪੰਡਿਤ ਵਿਕਰਾਂਤ ਵਰਮਾ ਜੀ ਨੂੰ